ਜਨਾਬ ਗੁਲਾਮ ਅਬਾਸ ਬੰਦੂ, ਉਹਨਾਂ ਦੇ ਬਾਅਦ ਜਨਾਬ ਜ਼ਾਕਿਰ ਫਖਰ ਅਬਾਸ, ਸੀਰ ਵਜ਼ੀਰ ਹਸਨ ਆਗਾ ਅਹਿਮਦ ਰਜ਼ਾ, ਜ਼ਵਾਰ ਸਾਦਿਕ ਹੁਸੈਨ ਬਲੋਚ, ਇਰਫਾਨ ਰਤਨ ਲਾਹੌਰ, ਜਨਾਬ ਮੌਲਾਨਾ ਅਲਤਾਫ ਹੁਸੈਨ ਮੈਲਸੀ, ਮਲਿਕ ਅਲੀ ਅਬਾਸ ਅਸਕਰੀ, ਕਾਜ਼ੀ ਮੁਖਤਾਰ ਖੋਖਰ, ਅਲਾਮਾ ਗੁਲਾਮ ਜਾਫਰ ਰਜ਼ਾ ਆਫ ਲਾਹੌਰ, ਸ਼ਾਹਬਾਜ਼ ਏ ਪਾਕਿਸਤਾਨ ਹਾਜੀ ਮਲਿਕ ਗੁਲਾਮ ਜਾਫਰ ਦਿਆਰਾ ਬੇਰਾ, ਜ਼ੇਗਮ ਬਾਜ਼ਕੀ, ਹਮਦ ਰਜ਼ਾ ਸੁਲਤਾਨੀ, ਇਨਸ਼ਾਅੱਲਾ ਮੌਲਾ ਦੇ ਕਾਫੀ ਸਾਰੇ ਮਦਾਖਾਨ ਬਕਾਇਆ ਹੈ, ਟਾਈਮ ਬਹੁਤ ਥੋੜ੍ਹੇ, ਤੋ ਜ਼ਾਕਰੀ ਨੂੰ ਜਿੰਨਾ ਟਾਈਮ ਦੇ ਸਾਂ, ਮਿਹਰਬਾਨੀ ਕਰ ਸਕਣ ਉਸ ਟਾਈਮ ਦੇ ਅੰਦਰ ਹੀ ਹਾਜ਼ਰੀ ਪੂਰੀ ਕਰੇ ਸਨ, ਪਰ ਅਜ਼ਮਤ ਏ ਆਲੇ ਮੁਹੰਮਦ ਬਲੰਦ ਸਾਹਿਬ। ਦੁਆ ਹੈ ਵਾਰਸ ਕਾਇਨਾਤ ਤੁਹਾਡੇ ਇਸ ਮੁਕੱਦਸ ਮੁਕਾਮ ਤੇ ਟੋਲਿਆ ਕਬੂਲ ਫਰਮਾਵੇ। ਬਾਨੀ ਸੈਯਦਾਦੇ ਦਾ ਪੁਰਖਲੂਸ, ਇਹ ਤਮਾਮ ਮੁਜ਼ਾਕਰੀਨ ਦਾ ਪੜਿਆ, ਮੈਂ ਹਕੀਰ ਦੀ ਡਿਊਟੀ, ਮੇਰਾ ਬਾਰਵਾਂ ਬਾਦਸ਼ਾਹ ਆਪਣੇ ਪਾਕ ਦਰਬਾਰ 'ਚ ਕਬੂਲ ਫਰਮਾ। ਇੱਕ ਸਲਵਾਤ ਬਾ ਆਵਾਜ਼ ਬੁਲੰਦ ਪੜੋ, ਮੈਂ ਨੌਕਰੀ ਪਾਕ ਸ਼ੁਰੂ ਕਰ ਦੇਵਾਂ। أعوذ بالله من الشيطان الرجيم، بسم الله الرحمن الرحيم، الصلوات الحمد لله رب العالمين، ابو القاسم محمد محمد المصطفی اشرف الانبیاء والمرسلین نبیان دے سلطان دی ذات دے اونچی صلوات والا اوہی ਕਰਾਂ।
ਉਹ ਬਿਮਾਰ ਤੋਂ ਪੁੱਛ ਕੇ ਕਬਰਾਂ ਦੀ ਪਹਿਚਾਨ ਕਰੇ ਨੀ ਰਹੀ ਗੱਲ ਗਲੀ ਸੁਣੇ ਨੀ ਆਦੇ ਹੁਸੈਨ ਜਿਹੜੇ ਮਾਤਮੀ ਬੈਠੇ ਹੋਏ ਹਾਂ ਜਨਾਬ ਤੇਰਾ ਮੁਕੱਦਰ